ਪੁੱਤਰ ਬੈ ਕੇ ਚੁਕਾ ਹੀ ਗਿਆ ਨਾ ਇਹਨਾਂ ਨੂੰ ਸਾਰਾ ਪਤਾ ਹੈ ਇਹਨਾਂ ਨੂੰ ਸਾਰਾ ਪਤਾ ਮੈਨੂੰ ਕੁੱਟਦੇ ਆ ਰੋਜ਼ ਦਿਨ ਦਿਹਾੜੀ ਕੁੱਟਦੇ ਮੈਨੂੰ ਆਪੇ ਇਹੀ ਦੇਣੇ ਚਲੋ ਬਸੋ ਤੁਸੀਂ ਆਪਣਾ ਘਰ ਪਰ ਤੁਸੀਂ ਉਹ ਪਿਓ ਨਹੀਂ ਬਸੋ ਤੇ ਨਾ ਵੀ ਇੱਕ ਮਿੰਟ ਵੀ ਕੀ ਗੱਲ ਕੀ ਹੋਈ ਭਾਈ ਐਵੇਂ ਮਾਰ ਪਹਿਲੇ ਬੱਚੇ ਦਾ ਪੈਸਾ ਲੈ ਆਉਂਦੀ ਆ ਪੈਸੇ ਨੂੰ ਚੁੱਕ ਕੇ ਆਈਦੀ ਉੱਥੋਂ ਬੱਚੇ ਕੱਢੋਗੇ ਇੱਕ ਘਰੋਂ ਬਾਹਰ ਸਾਡਾ ਵਾ ਤੂੰ ਤਾਂ ਕੱਢੇ ਨਾ ਆਪਣਾ ਅਸੀਂ ਆਪਣਾ ਮੁੰਡਾ ਘਰੋਂ ਕੱਢੇ ਦਾ ਮੇਰਾ ਕੁੱਤਾ ਖੇਗਾ ਅਸੀਂ ਕਸਟਡੀ ਦੇ ਕੇ ਆਏ ਦੇ ਆ ਕਿਹਨੂੰ ਕਸਟਡੀ ਦਿੱਤੀ ਤੱਕ ਤੱਕ ਕੀ ਦਿੱਤੀ ਆ ਮੈਂ ਸ਼ਰਮਾ ਕੋਈ ਗੱਲ ਐਲਾ ਆਪਣੀ ਆਪਣੀ ਧੀ ਨੂੰ ਕੱਢਾ ਦਿਆ ਮੈਨੂੰ ਕੱਢਾ ਦਿਆ 8 ਵੀ ਦਿਓਗੇ ਅੱਛਾ ਕੱਢਿਆ ਦਾ ਤੇ ਮੇਰਾ ਸਮਾਨ ਕੱਢੇ ਦਾ ਮੇਰਾ ਤੇ ਮੇਰੀ ਕੁੜੀ ਦਾ ਤੇ ਮੇਰੇ ਮੁੰਡੇ ਦਾ ਆਪਣਾ ਨਹੀਂ ਕੱਢਿਆ ਕੋਈ ਗੱਲ ਨਹੀਂ ਉਹ ਲਾਗੇ ਬਸ਼ਰਮ ਖੜਾ ਮਹਾ ਬਸ਼ਰਮ ਐ ਰੋਜ਼ ਗਾਲਾਂ ਸੁਣਦਾ ਜੀ ਮੇਰਾ ਪਿਓ ਬਸ਼ਰਮ ਮਹਾ ਬਸ਼ਰਮ ਤੂੰ ਬਹੁਤ ਸੱਤੀ ਮੇਰਾ ਹਾਲ ਮੈਂ ਸੱਤੀ ਸਵਿਤਰੀ ਆ ਨਾ ਹੁਣ ਦੱਸਾਂਗੀ ਅਸੀਂ ਬਸ਼ਰਮ ਮੈਂ ਬਸ਼ਰਮ ਮੈਂ ਸਹਿਆ ਸਾਲ ਹੋ ਗਿਆ ਸੰਧਿਆ ਅੱਜ ਵੇਲ ਉਹਨਾਂ ਨੇ ਮੇਰੇ ਮੁੰਡੇ ਨੂੰ ਹੁੰਦਾ ਨਹੀਂ ਵੜਾ ਦਿੱਤਾ ਹਾਂ 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 ਆਸਮਾਨ ਵੇਖੋ ਦਾ ਮੁੰਡੇ ਦਾ ਵਿਚਾਰਾ ਨਾਲ ਛੁੱਟੀਆਂ ਕੱਟ ਕੇ ਆਇਆ ਘਰ ਕੱਲ ਸਕੂਲ ਜਾਣਾ ਹੈ ਮੈਨੂੰ ਪਤਾ ਤੂੰ ਚਿੱਟਾ ਚਾਨਣਾ ਹੈ ਤੂੰ ਚਿੱਟਾ ਚਾਨਣਾ ਹੈ ਮੈਂ ਫੇਰ ਵੀ ਮਰਦੀ ਰਹੀ ਅੱਜ ਆ ਜਾਏਗਾ ਵਾਪਸ ਅੱਜ ਆ ਜਾਏਗਾ ਵਾਪਸ ਤੂੰ ਬਸ਼ਰਮ ਹੈ ਮੈਨੂੰ ਥੋੜੀ ਪਤਾ ਹੀ ਅੰਦਰ ਤਾਨਾਂ ਨੂੰ ਅੰਦਰ ਕਿਉਂ ਨਹੀਂ ਆਣ ਦਿੰਦੇ ਵੇ ਆਓ ਅੰਦਰ ਭਈਆ ਆਓ ਅੰਦਰ ਆਓ ਕਿਹੜੇ ਹਾਲਾਤ ਚ ਰਹਿਣੀ ਵੀ ਤੁਹਾਨੂੰ ਦੱਸਾਂ ਕਿਉਂ ਨਹੀਂ ਆਣ ਦਿੰਦੇ ਵੇ ਤੁਹਾਨੂੰ ਅੰਦਰ ਇਹ ਕਿਉਂ ਹੁੰਦੇ ਵੇ ਬਸ਼ਰਮ ਬੜੇ ਪਾਰ ਪਾਰ ਪਰੇ ਇਹ ਸੂਰੀ ਖਾਨਦਾਨ ਜੀ ਸੂਰੀ ਖਾਨਦਾਨ ਵਿਸ਼ਵਾਮਿੱਤਰ ਸੂਰੀ ਵਿਕਰਮ ਸੂਰੀ मैं दीपिका महाजन मेरा विआह विक्रम सूरी नाल होया 1 दिसंबर 2021 च होया सी बेटी दे होण तों पल्लां ही दीआं लड़ाइयां शुरू हो गईआं इहनां ने मेरे ते शिकायतां शिकरनियां शुरू करती दीआं ही समझ नहीं लगदी इहनां ने की चाहुंदे की नहीं आए दिन कुटमार आए दिन शिकायतां मेरे कोर्ट केस भी चलदा पिआ वा ਉਹ ਵੀ ਨਹੀਂ ਡੇਟ ਤਰੀਕ ਵੇਟ ਕਰਦੇ ਵੀ ਕੋਰਟ ਦੀ ਆਪਾਂ ਤਰੀਕ ਹੀ ਵੇਟ ਕਰ ਲਈਏ ਅੱਜ ਮੇਰਾ ਬੇਟਾ ਛੁੱਟੀਆਂ ਕੱਟ ਕੇ ਘਰ ਆਇਆ ਬੇਟਾ ਇਹਨਾਂ ਦਾ ਨਹੀਂ ਹੈਗਾ ਮੇਰੇ ਸੈਕਿੰਡ ਮੈਰਿਜ ਹੈ ਫਸਟ ਮੈਰਿਜ ਤੋਂ ਬੇਟਾ ਇਹਨਾਂ ਨੇ ਅਸੈਪਟ ਕੀਤਾ ਘਰ ਰੱਖਿਆ 10 ਮਹੀਨੇ ਬਾਅਦ ਇਹਨਾਂ ਨੇ ਪੱਲਾ ਵੀ ਇਹਨੂੰ ਕੁੱਟ ਮਾਰ ਕੇ ਮੁੰਡੇ ਨੂੰ ਕੱਢਿਆ ਉਦੋਂ ਸਾਡੇ ਕੋਈ ਘਰ ਕੈਮਰਾ ਨਹੀਂ ਸੀ ਲੱਗੇ ਦਾ ਵੀਡੀਓ ਨਹੀਂ ਸੀ ਲੱਗੀ ਦੀ ਬੇਟੇ ਦੀ ਏਜ 12 ਸਾਲ ਆ ਉਦੋਂ ਵੀ ਇਹਨੂੰ ਕੁੱਟ ਕੇ ਕੱਢਿਆ ਉਦੋਂ ਮੈਂ ਚਲੋ ਭੇਜਦਾ ਮਾਮੇ ਘਰ 6 ਮਹੀਨੇ ਮਾਮੇ ਘਰ ਆ ਹੁਣ ਉਹਦੇ 'ਤੇ ਇਲਜ਼ਾਮ ਲਾਉਂਦੇ ਆ ਐਸੈਕਸੀ ਹੈ ਫਲਾਣਾ ਆਈਟਮ ਕਹਿੰਦੇ ਗੰਦੇ ਗੰਦੇ ਲਫ਼ਜ਼ ਉਹਨੂੰ ਬੋਲਦੇ ਆ 12 ਸਾਲ ਦੇ ਬੱਚੇ ਨੂੰ ਇੰਨਾ ਗੰਦਾ ਅਪਸ਼ਬਦ ਬੋਲਦੇ ਆ ਅੱਜ ਉਹ ਘਰ ਆਇਆ ਛੁੱਟੀਆਂ ਕੱਟ ਕੇ ਕੱਲ੍ਹ ਸਕੂਲ ਜਾਣਾ ਸੀ ਅੱਜ ਉਹ ਆਇਆ ਆਉਂਦਿਆਂ ਹੀ ਆਪਾਂ ਨੂੰ ਨਿਵਾੜਨਾ ਮੈਨੂੰ ਵੀ ਘਰੋਂ ਕੱਢਤਾ ਤਾਲਾ ਲਾਤਾ ਅੰਦਰ ਨਿਕਲ ਬਾਹਰ ਇਹਨੂੰ ਲੈ ਕੇ ਨਿਕਲ ਬਾਹਰ ਇਹ ਗੰਦਾ ਪਤਾ ਨਹੀਂ ਕਿਹਦਾ ਵਾ ਜਿਹਦੇ ਗੰਦਾ ਲੈ ਕੇ ਆਈਦੀ ਉਹਨੂੰ ਦੇ ਕੇ ਆ ਵਾਪਸ ਆਪਾਂ ਨਹੀਂ ਰੱਖਣਾ ਜੋ ਇਹਨਾਂ ਨੇ ਅਪਸ਼ਬਦ ਬੋਲਿਆ ਉਹਦੀ ਸਾਰੀ ਮੈਂ ਵੀਡੀਓ ਵੀ ਬਣਾਈ ਇਹਨਾਂ ਦੀ ਫਿਰ ਇਹਨਾਂ ਨੇ ਮੈਂ ਅੰਦਰ ਗਈ ਮੈਂ ਪਾਣੀ ਲੈਣ ਗਈ ਪਾਣੀ ਪੀਣ ਵਾਸਤੇ ਪਾਣੀ ਲੈਣ ਗਈ ਇਹਨਾਂ ਨੇ ਉੱਥੇ ਅੰਦਰ ਹੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਤੀ ਵਿਕਰਮ ਸੂਰੀ ਨੇ ਵਿਕਰਮ ਸੂਰੀ ਨੇ ਕੁੱਟਮਾਰ ਸ਼ੁਰੂ ਕੀਤੀ ਬਾਹਰ ਆ ਕੇ ਵਿਸ਼ਵਾਮਿੱਤਰ ਮੇਰਾ ਸੋਹਰਾ ਉਹਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕੀਤੀ ਇਹਨਾਂ ਨੇ ਮੇਰੇ ਵਾਲ ਧਰੂਏ ਇਹਨਾਂ ਨੇ ਮੈਨੂੰ ਚਪੇੜਾਂ ਮਾਰੀਆਂ ਪੁੰਜੇ ਸੁੱਟਿਆ ਫਿਰ ਮੇਰੇ ਮੁੰਡੇ ਨੂੰ ਮਾਰਨ ਨੂੰ ਪਏ ਮੈਂ ਵਿਕਰਮ ਨੂੰ ਫੜ ਕੇ ਆਪਣੇ ਵੱਲ ਫੜ ਲਿਆ ਪਈ ਉਹਦੇ ਮਗਰ ਨਾ ਭੱਜ ਉਹਦੇ ਮਗਰ ਭੱਜਦੇ ਪਈ ਮੈਂ ਆਪਣਾ ਫੋਨ ਸੁੱਟਦਾ ਮੈਂ ਆਪਣੇ ਮੁੰਡੇ ਨੂੰ ਫੜਾਤਾ ਲੈ ਕੇ ਭੱਜਾ ਇਹਨਾਂ ਨੇ ਬੜਾ ਅਤਿਆਚਾਰ ਕੀਤਾ ਮੇਰੇ ਨਾਲ ਬੜਾ ਕੁੱਟਿਆ ਮਾਰਿਆ ਮੇਰੇ ਆ ਬੁਰਾ ਹਾਲ ਹੋ ਗਿਆ ਮੇਰੀ ਆ ਉਂਗਲ ਨਹੀਂ ਚਲਦੀ ਪਈ ਆ ਤੁਹਾਡੀ ਸੈਕਿੰਡ ਮੈਰਿਜ ਆ ਤੁਹਾਡੇ ਹਸਬੰਡ ਦੀ ਵੀ ਸੈਕਿੰਡ ਮੈਰਿਜ ਆ ਉਹਦੀ 3rd ਮੈਰਿਜ ਆ ਹਾਂਜੀ ਸਾਨੂੰ ਹੁਣ ਪਤਾ ਲੱਗਾ ਵੀ ਇਹਦੀ 3rd ਮੈਰਿਜ ਆ ਕੀ ਕੰਮ ਕਰਦੇ ਨੇ ਇਹ ਡਾਕਟਰ ਆ ਸਰਕਾਰੀ ਡਾਕਟਰ ਆ ਨਸ਼ਹਿਰਾ ਮੱਝਾ ਸਿੰਘ ਇਹਨਾਂ ਦੀ ਡਿਊਟੀ ਹੈ ਇਸ ਤੋਂ ਪਹਿਲਾਂ ਕਿੰਨੀ ਵਾਰ ਤੁਹਾਡੇ ਨਾਲ ਇਦਾਂ ਦੇ ਚਾਂਸ ਮੇਰੇ ਇਸ ਤੋਂ ਪਹਿਲਾਂ 3 ਵਾਰੀ ਕੁੱਟਮਾਰ ਕਰ ਚੁੱਕੇ ਮੇਰੇ ਨਾਲ ਮੈਂ ਅੱਗੇ ਥਾਣੇ ਵੀ ਕੰਪਲੇਂਟ ਲਿਖਾ ਕੇ ਆਈ ਹਾਂ SSP ਕੋ ਵੀ ਪੇਸ਼ ਹੋ ਕੇ ਆਈ ਹਾਂ ਵੀ ਮੇਰੇ ਨਾਲ ਕੁੱਟਮਾਰ ਕਰਦੇ ਆ ਜਿਹੜੀ ਮੇਰੀ 2ਰੀ ਵਾਰੀ ਕੰਪਲੇਂਟ ਸੀ ਉਹਦੀ ਮੇਰੀ ਸਗੋਂ ਪੁੱਛਗਿੱਛ ਕੀਤੀ ਇਹਨੇ ਕੀ ਕੀਤਾ ਕਿੱਥੇ ਫਾਈਲ ਬੰਦ ਕਰਾਤੀ ਇਹਨੇ ਕਿੱਥੇ ਪੈਸਾ ਚੜਾਇਆ ਕੀ ਕੀਤਾ ਰੱਬ ਜਾਣੇ ਮੇਰੇ ਸਹੁਰੇ ਨੇ ਸਹੁਰਾ ਤਾਂ ਮੈਨੂੰ ਜੀਣ ਨਹੀਂ ਦਿੰਦਾ ਪੁੱਤਰ ਨੂੰ ਫਾਰਗਤੀ ਕਹਿੰਦਾ ਮੈਂ ਦਿੱਤੀ ਦੀ ਹੈ ਸਭ ਕੁਛ ਕੀਤਾ ਤਾਂ ਫਿਰ ਵੀ ਪੁੱਤਰ ਦੇ ਨਾਲ ਸੁਣਦਾ 10 ਮਹੀਨੇ ਹੋ ਗਏ ਆ ਕਿਸ ਨਾਤੇ ਜੇ ਉਹਨੂੰ ਘਰੋਂ ਕੱਢੇ ਤਾਂ ਉਹਨੂੰ ਕਿਉਂ ਨਹੀਂ ਘਰੋਂ ਕੱਢਦਾ ਫਿਰ ਉਹਨੂੰ ਕਿਉਂ ਨਾਲ ਰੱਖ ਰੱਖ ਕੇ ਸਵਾਉਂਦਾ ਮੇਰੇ ਨਾਲ ਹੱਥੀ ਪਏ ਆ ਵਾਲ ਧਰੋਏ ਆ ਪੁੰਜੇ ਸੁੱਟਿਆ ਭਾਂ ਕੇ ਸੁੱਟਿਆ ਮੁੱਕੇ ਮਾਰੇ ਆ ਮੈਨੂੰ ਅੰਦਰ ਵੜ ਕੇ ਪਹਿਲਾਂ ਇਹਨੇ ਵਿਕਰਮ ਨੇ ਢਿੱਡ 'ਚ ਮੁੱਕੇ ਮਾਰੇ ਲੱਤਾਂ ਮਾਰੇ ਕਿ ਜਾ ਨਾ ਸਕੇ ਬਾਹਰ ਫਿਰ ਮੈਂ ਭੱਜੀ ਬਾਹਰ ਸਾਰੀ ਇਹਦੀ ਫੁਟੇਜ ਤੁਸੀਂ ਚੈੱਕ ਕਰ ਸਕਦੇ ਹੋ ਪੁਲਿਸ ਕੰਪਲੇਂਟ ਵੀ ਮੈਂ ਕਰਤੀ ਆ ਮੈਂ ਇਨਸਾਫ ਚਾਹੁੰਦੀ ਵੀ ਮੇਰੀ ਸਰ ਮੇਰੀ ਕੋਰਟ ਦੀ ਤਰੀਕ ਪਈ ਹੁੰਦੀ ਆ ਕੋਰਟ ਦੀ ਤਰੀਕ ਦੀ ਵੇਟ ਨਹੀਂ ਕਰਦੇ ਹੈਗੇ ਮੇਰਾ DV ਦਾ ਅਤੇ ਮੈਂਟੇਨੈਂਸ ਦਾ 2 ਕੇਸ ਚੱਲਦੇ ਪਏ ਆ ਮੇਰੇ ਮੁੰਡੇ ਦੇ ਬਾਲਟੀਆਂ ਮਾਰੀਆਂ ਮੇਰੇ ਸਹੁਰੇ ਨੇ ਉਹਨਾਂ ਦਾ ਕੀ ਅਧਿਕਾਰ ਹੈ ਮੇਰੇ ਬੱਚੇ ਦੇ ਕੁੱਟਣ ਦਾ
ਉਹਨੂੰ ਬਾਲਟੀਆਂ ਨਾਲ ਕੁੱਟਣ ਦਾ ਉਹਨਾਂ ਦੇ ਵੀ ਹੈ ਬੇਟਾ ਉਹ ਲੈ ਗਈ ਦੀ ਉਹਦੀ ਵਾਈਫ ਸੈਕਿੰਡ ਵਾਲੀ ਵਾਈਫ ਲੈ ਗਈ ਦੀ ਇਹ ਪਹਿਲੇ ਵਿਆਹ 'ਚੋਂ ਨਹੀਂ ਬੱਚਾ ਹੈਗਾ ਇਹ ਥਰਡ ਮੈਰਿਜ ਹੈ ਥਰਡ ਮੈਰਿਜ 'ਚੋਂ ਲੜਕੀ ਆ ਅਸੀਂ ਸਾਨੂੰ ਇਹਨਾਂ ਨੇ ਸਾਨੂੰ ਇੱਕੋ ਮੈਰਿਜ ਦੱਸੀ ਸੀ ਵਿਆਹ ਤੋਂ ਪਹਿਲਾਂ ਅਤੇ ਮੇਰੀ ਵੀ ਸੈਕਿੰਡ ਮੈਰਿਜ ਹੈ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਆ ਮੈਨੂੰ ਬੜਾ ਗੰਦਾ ਗੰਦਾ ਬੋਲਦੇ ਆ ਤੂੰ ਮਾਰ ਕੇ ਆਈ ਹੈ ਘਰ ਵਾਲਾ ਤੂੰ ਫਲਾਨ ਕਰਕੇ ਆਈ ਤੂੰ ਟੀਂਗ ਕਰਕੇ ਆਈ ਹੈ ਤੂੰ ਲੁੱਟ ਕੇ ਆਈ ਉਹਨਾਂ ਨੂੰ ਮੇਰਾ ਸਾਰਾ ਸਹੁਰਾ ਪਰਿਵਾਰ ਮੇਰੇ ਨਾਲ ਹੈ ਜੇ ਮੈਂ ਲੁੱਟ ਕੇ ਆਈ ਹਾਂ ਉਹਨਾਂ ਨੂੰ ਮਾਰ ਕੇ ਆਈ ਹਾਂ ਤਾਂ ਉਹ ਮੇਰੇ ਉਹ ਉਹਦਾ ਮੇਰਾ ਮੁੰਡਾ ਦਾਦਕੇ ਹੀ ਛੁੱਟੀਆਂ ਕੱਟ ਕੇ ਆਇਆ ਹੁਣ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵਿਕਰਮ ਸੂਰੀ ਹੈ ਕਿੱਥੇ ਰਹਿੰਦੇ ਜੀ ਮੈਂ ਗੋਲਡਨ ਸਿਟੀ ਕਲੋਨੀ 'ਚ ਰਹਿੰਦਾ ਵਾਂ ਠੀਕ ਹੈ ਦੇਖੋ ਜੀ ਇਹ ਸਾਡੀ ਰੀਮੈਰਿਜ ਹੋਈ ਹੈ ਇਹਦੇ ਵਿੱਚ ਦੀਪਿਕਾ ਮਹਾਜਨ ਦਾ ਪਹਿਲੇ 13 ਸਾਲ ਦਾ ਇੱਕ ਬੱਚਾ ਹੈ ਠੀਕ ਹੈ ਉਦੋਂ ਮੈਰਿਜ ਤੋਂ ਪਹਿਲੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਨਾਲ ਨਹੀਂ ਰੱਖਣਾ ਇਹ ਪਹਿਲੇ ਦਾਦਕਿਆਂ ਕੋਲ ਜਾਏਗਾ ਪਰ ਇਸ ਦੇ ਬਾਵਜੂਦ ਇਹ ਜ਼ਬਰਦਸਤੀ ਸਾਡੇ ਘਰ ਵਾੜਨ ਦੀ ਹੈ ਉਹ ਬੱਚੇ ਦੇ ਵੀਡੀਓਜ਼ ਵੀ ਅਸੀਂ ਚਾਈਲਡ ਵੈਲਫੇਅਰ ਕਮੇਟੀ ਨੂੰ ਦਿੱਤੇ ਹੋਏ ਨੇ ਜਿਹਦੇ ਵਿੱਚ ਉਸ ਛੋਟੇ ਬੱਚਿਆਂ ਨਾਲ ਸੈਕਸ ਅਬਿਊਜ਼ ਕਰ ਰਿਹਾ ਵਾ ਚਾਈਲਡ ਵੈਲਫੇਅਰ ਕਮੇਟੀ ਨੇ ਵੀ ਕਿਹਾ ਕਿ ਤੁਹਾਡੇ ਘਰ ਨਹੀਂ ਰਹਿ ਸਕਦਾ ਕਿਉਂਕਿ ਕਾਨੂੰਨਾਂ ਨਾਲ ਸਾਡਾ ਵਾਰਿਸ ਨਹੀਂ ਹੈ ਪਰ ਫਿਰ ਵੀ ਇਹ ਜ਼ਬਰਦਸਤੀ ਲੜਾਈ ਪਾਉਣ ਵਾਸਤੇ ਸਾਡੇ ਕੋਲ ਪੈਸੇ ਖੋਣ ਵਾਸਤੇ ਮੇਰੇ ਅਤੇ ਮੇਰੇ ਫਾਦਰ ਨੂੰ ਟੋਰਚਰ ਕਰ ਰਹੀ ਹੈ ਅੱਜ ਵੀ ਇਹਨੇ ਜ਼ਬਰਦਸਤੀ ਉਹਨੂੰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ ਅਸੀਂ ਮਨਾ ਕੀਤਾ ਅਤੇ ਇਹ ਮੇਰੇ ਹੱਥੀ ਪਈ ਹੈ ਮੇਰੀ ਟੀ ਸ਼ਰਟਾਂ ਪਾੜੀਆਂ ਹੋਈਆਂ ਮੇਰੀ ਸੱਟਾਂ ਲੱਗੀਆਂ ਹੋਈਆਂ ਵੇਖ ਲਓ ਅਤੇ ਉਹ ਮੁੰਡਾ ਮੇਰੇ ਹੱਥੋਂ 'ਚ ਮੈਂ ਇੱਥੇ ਡਿੱਗਾ ਵਾਂ ਕੈਮਰੇ ਸਾਰੇ ਲੱਗੇ ਹੋਏ ਨੇ ਮੈਂ ਉੱਥੇ ਡਿੱਗਾ ਵਾਂ ਮੇਰੇ ਕੋਲ ਫੋਟੋਆਂ ਉਹ ਕੈਮਰੇ 'ਚੋਂ ਕਢਾਈ ਜਾਏ ਵੀਡੀਓ ਮੇਰਾ ਫੋਨ ਲੈ ਕੇ ਦੌੜ ਗਿਆ ਮੁੰਡਾ ਸਰਕਾਰੀ ਫੋਨ ਹੈ ਮੇਰਾ ਅਗਰ ਉਸ ਫੋਨ ਵਿੱਚ ਕੁਝ ਵੀ ਟੈਂਪਰ ਹੁੰਦਾ ਜਾਂ ਕੁਛ ਹੁੰਦਾ ਉਹਦੀ ਜ਼ਿੰਮੇਵਾਰੀ ਦਾ ਮੁੰਡਾ ਹੋਏਗਾ ਅੱਛਾ ਤੁਹਾਡਾ ਕੀ ਕਿੰਨਵੀਂ ਤੁਹਾਡੀ ਮੈਰਿਜ ਹੈ ਮੈਰਿਜ ਜੀ ਰੀਮੈਰਿਜ ਹੈ ਕਿੰਨਵੀਂ ਦਾ ਮੈਂ ਪ੍ਰੂਫ ਜਾਵਾਂਗਾ ਜਿੰਨੀਆਂ ਐਸ ਕਹਿੰਦੀ ਪੰਜਵੀਂ ਆ ਛੇਵੀਂ ਆ ਸੱਤਵੀਂ ਆ ਜਿੰਨੀਆਂ ਉਹਦੇ ਆਰੋਪ ਲਗਾਏ ਜਾਣ ਆਰੋਪ ਦੇ ਸਾਰੇ ਪ੍ਰੂਫ ਡੀ ਐਸ ਪੀ ਸਰ ਨੂੰ ਐਸ ਐਸ ਪੀ ਸਰ ਨੂੰ ਸਾਰੀ ਕਹਾਣੀ ਪਤਾ ਵਾ ਪਰ ਇਹ ਜ਼ਬਰਦਸਤੀ ਸਾਡੇ ਇੱਥੇ ਕੇਸ ਕਰਨ ਦੇ ਮਾਰੇ ਪੈਸੇ ਲੈਣ ਦੇ ਮਾਰੇ ਸਾਨੂੰ ਹਰਾਸ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਸੀਂ ਕੁਛ ਨਹੀਂ ਬਿਆਨ ਦੇਣਾ ਬਾਕੀ ਜੋ ਵੀ ਹੈਗਾ ਐਸ ਐਸ ਪੀ ਆਫਿਸ 'ਚ ਹੋਏਗਾ ਜੋ ਹੋਏਗਾ ਮੇਰਾ ਬਾਕੀ ਆਓ ਹਾਂਜੀ ਸਾਡੇ ਕੋਲ ਨਾ ਇੱਕ ਲੜਕੀ ਆਈ ਆ ਉਹਦਾ ਨਾਮ ਹੈ ਦੀਪਿਕਾ ਮਾਜਨ ਸਮਾਂ ਤਕਰੀਬਨ 4:30 ਲੈ ਕੇ ਆਈ ਆ ਡੋਮੈਸਟਿਕ ਵਾਇਲੈਂਸ ਨਾਲ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਬ੍ਰਦਰ ਨੇ ਐਡਮਿਟ ਕਰਾਇਆ ਹੈ ਅਤੇ ਉਹਦੇ ਐੱਮ ਐੱਲ ਸੀ ਐੱਸ ਸੀ ਮੈਡੀਕਲ ਲੀਗਲ ਕੇਸ ਹੈ ਅਤੇ ਉਹਨਾਂ ਦੇ ਮਲਟੀਪਲ ਇੰਜਰੀ ਨਾਲ ਐਡਮਿਟ ਹੋਏ ਆ ਐੱਮ ਐੱਲ ਆਰ ਉਹਨਾਂ ਦੀ ਕੱਟ ਦਿੱਤੀ ਹੈ ਅਤੇ ਜੋ ਇੰਜਰੀ ਸੀਗੀ ਉਹ ਜਿਹਨਾਂ ਨੂੰ ਜ਼ਰੂਰਤ ਸੀ ਉਹ ਅੰਡਰ ਐਕਸਰੇ ਰੱਖੀਆਂ ਨੇ ਅਤੇ ਐਕਸਰੇ ਉਹਨਾਂ ਦੇ ਹੋ ਰਿਹਾ ਹੈ ਅਤੇ ਜੋ ਐਕਸਰੇ ਦੇ ਰਿਕਾਰਡਿੰਗ ਉਹਨਾਂ ਦੀ ਰਿਪੋਰਟਿੰਗ ਹੋਏਗੀ ਉਹਦੇ ਮੁਤਾਬਕ ਆਪਾਂ ਉਹਨਾਂ ਦੀ ਰਿਪੋਰਟ ਪੇਸ਼ੈਂਟ ਦਾ ਨਾਮ ਹੈ ਦੀਪਿਕਾ ਮਹਾਜਨ ਵਾਈਫ ਆਫ ਵਿਕਰਮ ਸਿੰਘ ਉਹਨਾਂ ਦੇ ਕਾਫੀ ਇੰਜਰੀਜ਼ ਹੈਗੀਆਂ ਨੇ ਚਾਰ ਪੇਸ਼ੈਂਟ ਦਾ ਨਾਮ ਹੈ ਦੀਪਿਕਾ ਮਹਾਜਨ ਵਾਈਫ ਆਫ ਵਿਕਰਮ ਸੂਰੀ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।